ਜਗਤਾਰ ਸਿੰਘ ਹਵਾਰਾ ਕਮੇਟੀ ਦੇ ਸੱਦੇ ਤੇ ਇਤਿਹਾਸਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਦੇ ਗਵਰਨਰ ਹਾਊਸ ਚੰਡੀਗੜ੍ਹ ਤੱਕ ਖਾਲਸਾ ਮਾਰਚ ਕੱਢਿਆ ਗਿਆ, ਜਿਸ ਵਿੱਚ ਕਮੇਟੀ ਦੇ ਕਈ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਕਮੇਟੀ ਦੇ ਪ੍ਰਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ CBI ਦੀ ਕਲੋਜ਼ਰ ਰਿਪੋਰਟ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੇ ਨਾ ਹੀ ਉਹਨਾਂ ਕਦੀ ਬੇਅਦਬੀ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਸੀ, ਇਸ ਲਈ ਕਲੋਜ਼ਰ ਰਿਪੋਰਟ ਨੂੰ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਸਰਕਾਰ ਤੋਂ ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰਨ ਵਾਲੇ ਸਿੱਖਾਂ ਨੂੰ ਤੁਰੰਤ ਰਿਹਾਅ ਕਰਨ ਦੀ ਵੀ ਮੰਗ ਕੀਤੀ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਹੋਏ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ 21 ਮੈਂਬਰੀ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਅਖੰਡ ਕੀਰਤੀ ਜੱਥਾ ਅਤੇ ਹੋਰ ਪੰਥਕ ਹਿਤੈਸ਼ੀਆਂ ਦੇ ਸਹਿਯੋਗ ਦੇ ਨਾਲ ਖਾਲਸਾ ਪੰਥ ਦੀਆਂ ਹੱਕੀ ਮੰਗਾਂ ਆਪਣੇ ਹੱਕਾਂ ਦੇ ਵਾਸਤੇ ਅੱਜ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰੀ ਜੀ, ਇਹਨਾਂ ਦੇ ਕੋਲੋਂ ਆਸ਼ੀਰਵਾਦ ਲੈ ਕੇ ਅਰਦਾਸ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਅੱਜ ਖਾਲਸਾਈ ਮਾਰਚ ਇੱਥੋਂ ਕੱਢ ਰਹੇ ਹਾਂ, ਜੋ ਕਿ ਚੰਡੀਗੜ੍ਹ ਤੱਕ ਪਹੁੰਚੇਗਾ। ਉੱਥੇ ਜਾ ਕਰਕੇ ਪੰਜਾਬ ਦੇ ਗਵਰਨਰ ਨੂੰ ਅਸੀਂ ਆਪਣੀਆਂ ਜਿਹੜੇ ਹੱਕ ਨੇ ਸਾਡੇ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀਆਂ ਬਾਦਲ ਸਰਕਾਰ ਵੇਲੇ ਡੇਰਾ ਪ੍ਰੇਮੀਆਂ ਦੇ ਨਾਲ ਸਾਜਿਸ਼ ਕਰਕੇ ਮਿੱਥ ਕੇ ਇਸ ਬੇਅਦਬੀਆਂ ਕੀਤੀਆਂ ਗਈਆਂ, ਹੋਰ ਉਹਦੇ ਬਾਅਦ ਬਹਿਬਲ ਕਲਾਂ ਵਿਖੇ ਸਾਡੇ ਸਿੰਘ ਸ਼ਹੀਦ ਕੀਤੇ ਗਏ, ਲੇਕਿਨ ਬਾਦਲਾਂ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ। ਉਹਦੇ ਬਾਅਦ 2017 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ, ਕਾਂਗਰਸ ਨੇ ਸਿੱਖ ਕੌਮ ਨੂੰ ਇੱਕ ਲੋਲੀਪੋਪ ਦੇ ਕਰਕੇ ਕਿ ਅਸੀਂ ਤੁਹਾਨੂੰ ਬੇਅਦਬੀਆਂ ਦਾ ਅਤੇ ਬਹਿਬਲ ਕਲਾਕਾਂਡ ਦਾ ਇਨਸਾਫ ਦੇਵਾਂਗੇ। ਕਾਂਗਰਸ ਸਰਕਾਰ ਨੇ ਵੀ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ। CBI ਦੀ ਕਲੋਜ਼ਰ ਰਿਪੋਰਟ ਪਾ ਕਰਕੇ, ਦਿਖਾ ਕਰਕੇ ਬਾਦਲਾਂ ਨੂੰ ਅਤੇ ਡੇਰਾ ਪ੍ਰੇਮੀਆਂ ਸਾਰਿਆਂ ਨੂੰ ਦੋਸ਼ ਮੁਕਤ ਸਾਬਿਤ ਕਰਤਾ ਗਿਆ। ਇਸ ਜ਼ਖਮ ਜਿਹੜੇ ਨੇ ਸਿੱਖ ਕੌਮ ਦੇ ਸੀਨੇ ਦੇ ਉੱਤੇ ਲੱਗੇ ਨੇ, ਉਹ ਵਾਰ ਵਾਰ ਸਰਕਾਰਾਂ ਜਿਹੜੀਆਂ ਨੇ, ਭਾਜਪਾ ਸਰਕਾਰ, ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ, ਇਹ ਸਾਰੇ ਰਲ ਮਿਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜਨੀਤੀਕਰਨ ਕੀਤਾ ਹੋਇਆ ਹੈ। ਲੇਕਿਨ ਸਿੱਖਾਂ ਦੀ, ਸਿੱਖ ਕੌਮ ਦੀ ਯਾਦਾਸ਼ਤ ਦੇ ਵਿੱਚੋਂ ਇਹ ਜਿਹੜੀ ਬੇਅਦਬੀਆਂ ਹੋਈਆਂ ਨੇ, ਇਹ ਦੁੱਖ, ਇਹ ਸੰਤਾਪ, ਇਹ ਜਿਹੜੀ ਪੀੜਾ ਹੈਗੀ ਹੈ, ਇਹ ਅਜੇ ਨਿਕਲੀ ਨਹੀਂ। ਜਦ ਤੱਕ ਸਾਨੂੰ ਇਹਦਾ ਇਨਸਾਫ ਨਹੀਂ ਮਿਲੇਗਾ, ਇਹ ਸੰਘਰਸ਼ ਇਸੇ ਤਰੀਕੇ ਦੇ ਨਾਲ, ਇਨਸਾਫ ਦਾ ਸੰਘਰਸ਼ ਜਿਹੜਾ ਹੈ ਅਸੀਂ ਲੈ ਕੇ, ਅਤੇ ਨਾਲ ਦੇ ਨਾਲ ਸਾਡੇ ਜਿਹੜੇ ਬੰਦੀ ਸਿੰਘ ਭਰਾ ਜਿਹਨਾਂ ਨੂੰ ਕਿ ਸਜ਼ਾਵਾਂ ਜੋ ਅਦਾਲਤ ਵੱਲੋਂ ਮੁਕਰਰ ਕੀਤੀਆਂ ਗਈਆਂ ਸੀਗੀਆਂ ਉਹਨਾਂ ਨੇ ਪੂਰੀਆਂ ਕਰ ਲਈਆਂ, ਉਹਨਾਂ ਸਜ਼ਾਵਾਂ ਦੇ ਪੂਰਾ ਹੋਣ ਦੇ ਬਾਵਜੂਦ ਵੀ ਸਾਨੂੰ ਅੱਜ ਤੱਕ ਬੰਦੀ ਸਿੰਘ ਜਿਹੜੇ ਨੇ ਸਾਡੇ ਰਿਹਾਅ ਨਹੀਂ ਕੀਤੇ ਗਏ। ਨਾਭੇ ਦੀ ਜੇਲ੍ਹ ਤੋਂ ਜਿਹੜੇ ਸਾਡੇ 11 ਕੌਮੀ ਹੀਰੇ ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਤਿਹਾੜ ਜੇਲ੍ਹ ਵਿੱਚ ਤਬਦੀਲ ਕਰਤਾ ਗਿਆ ਸਿੱਖਾਂ ਦੇ ਉੱਤੇ, ਇਸ ਗੱਲ ਦਾ ਬੜਾ ਬੜਾ ਦੁੱਖ ਹੈ। ਅਸੀਂ ਇਸ ਸੰਘਰਸ਼ ਨੂੰ ਤਦ ਤੱਕ ਜਾਰੀ ਰੱਖਾਂਗੇ ਜਦ ਤੱਕ ਕਿ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਸਿੱਖਾਂ ਦੇ ਉੱਤੇ ਸਰਕਾਰ ਵੱਲੋਂ ਇੱਕ ਅੱਤਿਆਚਾਰ ਵੀ ਕੀਤੇ ਜਾ ਰਹੇ ਨੇ, ਬੇਇਨਸਾਫੀਆਂ ਵੀ ਕੀਤੀਆਂ ਜਾ ਰਹੀਆਂ ਨੇ, ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਜਿਵੇਂ ਕਿ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ 3 ਬੇਕਸੂਰ ਨੌਜਵਾਨਾਂ ਨੂੰ, ਜਿਹਨਾਂ ਨੇ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਸਾਹਿਤ ਰੱਖਿਆ ਸੀਗਾ, ਜਿਹੜੇ ਸ਼ਹੀਦਾਂ ਦੀਆਂ ਫੋਟੋਆਂ ਰੱਖੀਆਂ ਸੀਗੀਆਂ, ਉਹਨਾਂ ਨੂੰ ਉਮਰ ਕੈਦ ਦੇ ਦਿੱਤੀ ਗਈ, ਅਸੀਂ ਉਹਦਾ ਵੀ ਇਨਸਾਫ ਮੰਗਦੇ ਪਏ ਹਾਂ। ਇੱਕ ਬੰਨੇ ਤਾਂ ਸਰਕਾਰ ਨੇ ਜਿਹੜੇ 4 ਪੁਲਿਸ ਮੁਲਾਜ਼ਮ ਜਿਹੜੇ ਸੀਗੇ, ਜਿਹਨਾਂ ਨੇ ਇੱਕ ਹਰਜੀਤ ਸਿੰਘ ਦਾ ਕਤਲ ਕੀਤਾ ਸੀਗਾ, ਉਹਨਾਂ ਨੂੰ ਉਮਰ ਕੈਦ ਦਿੱਤੀ ਗਈ ਸੀਗੀ, ਉਹਨਾਂ 4 ਮੁਲਾਜ਼ਮਾਂ ਨੂੰ ਤਾਂ 3-4 ਸਾਲਾਂ ਦੇ ਬਾਅਦ ਰਿਹਾਅ ਕਰਤਾ ਗਿਆ। ਸੋ ਇਸ ਦੇਸ਼ ਦੇ ਵਿੱਚ ਸਿੱਖਾਂ ਵਾਸਤੇ ਜਿਹੜੇ ਕਾਨੂੰਨ ਨੇ ਉਹ ਵੱਖਰੇ ਨੇ ਅਤੇ ਬਹੁਗਿਣਤੀ ਵਾਸਤੇ ਕਾਨੂੰਨ ਵੱਖਰੇ ਨੇ। ਸਿੱਖ ਜਿਹੜੇ ਨੇ ਉਹ ਹਰ ਕਿਸਮ ਦੀ ਆਜ਼ਾਦੀ ਨਾਲ ਜੀਣਾ ਚਾਹੁੰਦੇ ਹਾਂ। ਅਸੀਂ ਅੱਜ ਇਸ ਪਵਿੱਤਰ ਧਰਤੀ ਤੋਂ, ਜਿੱਥੇ ਕਿ ਬਾਬਾ ਜ਼ੋਰਾਵਰ ਸਿੰਘ ਜੀ ਨੇ ਅਤੇ ਬਾਬਾ ਫਤਿਹ ਸਿੰਘ ਨੇ ਇੱਕ ਆਜ਼ਾਦੀ ਦੀ ਜੰਗ ਛੇੜੀ ਸੀਗੀ,
ਅਸੀਂ ਆਪਣੀ ਕੌਮੀ ਜਿਹੜੀ ਆਜ਼ਾਦੀ ਹੈ, ਅਸੀਂ ਹਰ ਪ੍ਰਕਾਰ ਦੀ ਜਿਹੜੀ ਹੈ ਇਨਸਾਫ ਦੀ ਲੜਾਈ ਜਿਹੜੀ ਹੈ ਉਹ ਲੜਨ ਵਾਸਤੇ ਅੱਜ ਇੱਥੋਂ ਤੁਰ ਰਹੇ ਹਾਂ। ਅਤੇ ਖਾਲਸਾ ਹੀ ਮਾਰ ਜਿਹੜਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਖਾਲਸਾ ਹੀ ਸੰਘਰਸ਼ ਦਾ ਇਹ ਆਧਾਰ ਬਣੇਗਾ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਿੱਖਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹ ਹੱਕੀ ਮੰਗਾਂ ਤੁਰੰਤ ਜਿਹੜੀਆਂ ਨੇ ਪੂਰੀਆਂ ਕੀਤੀਆਂ ਜਾਣ, ਬੰਦੀ ਸਿੰਘ ਰਿਹਾ ਕੀਤੇ ਜਾਣ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਗੁਰਮੀਤ ਰਾਮ ਰਹੀਮ ਅਤੇ ਬਾਕੀ ਸਾਰਿਆਂ ਨੂੰ ਸੁਮੇਧ ਸੈਣੀ ਬਾਦਲਕਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਜਦ ਤੱਕ ਇਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਣਗੀਆਂ ਅਸੀਂ ਇਸ ਜਿਹੜਾ ਹੈ ਉਹ ਸ਼ਾਂਤੀਮਈ ਤਰੀਕੇ ਨਾਲ ਨਹੀਂ ਬੈਠਾਂਗੇ।